ਪ੍ਰੈਸ਼ਰ ਹੋਰਨ ਵਗੈਰਾ ਕਿੱਦਾਂ ਲਗਾਏ ਆ ਜਿਹੜਾ ਬੰਪਰ ਆ 27 ਇੰਚ ਦਾ ਸ਼ਾਇਦ ਇਹ ਬੰਪਰ ਆ ਤੇ ਐਚ ਡੀ ਲੈਟਰ ਜਿਹੜੀ ਅਲਟਰਨੇਟਰ ਦੀ ਬੈਲਟ ਦੀ ਪੁਲੀ ਆ ਇਹ ਮੈਂ ਚੇਂਜ ਕੀਤੀ ਹੋਈ ਆ ਇਹ ਹੁੱਡ ਮੈਂ ਲਵਾਈ ਸੀਗੀ 12000 ਦੀ ਇਹਦੇ ਵਿੱਚ ਯੂ ਸਪੇਸਰ ਇਹਦੇ 2000 ਦੇ ਤਾਂ ਕਰਕੇ ਬਣੇ ਸੀ ਕਿ ਮੈਂ ਨਾਰਮਲ ਦੂਸਰੇ ਸਪੇਸ ਹੋਰਨਾਂ ਦੀ ਆਵਾਜ਼ ਬਹੁਤ ਜ਼ਿਆਦਾ ਆ ਵੱਜਦੇ ਤਾਂ ਰਹਿੰਦੇ ਹੀ ਆ ਘੱਟ ਪੈ ਗਈ ਜਦੋਂ ਹੋਰਨਾਂ ਦੀ ਆਵਾਜ਼ ਇੱਕ ਵਾਰੀ ਚੈੱਕ ਕਰਾ ਦਿੰਦਾ ਝਟਕਾ ਪੂਰੀ ਵੱਜਦੀ ਆ ਗਾਇਜ਼ ਵੈਲਕਮ ਬੈਕ ਟੂ ਆਰ ਨਿਊ ਵਲੌਗ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਘਰੇ ਵਧੀਆ ਹੋਵੋਗੇ ਅਤੇ ਸਾਡੇ ਵਲੌਗਸ ਨੂੰ ਇੰਜੋਏ ਕਰਦੇ ਹੋਵੋਗੇ ਨਵਾਂ ਵਲੌਗ ਆ ਰਿਹਾ ਆ ਇੰਜੋਏ ਕਰਿਓ ਸਫਾਰੀ 'ਤੇ ਆ ਅਤੇ ਉਹਦੇ ਥੋੜ੍ਹੀ ਬਹੁਤੀਆਂ ਪ੍ਰੋਬਲਮ ਦੱਸੀਆਂ ਆ ਅਤੇ ਨੈਕਸਟ ਵਲੌਗ ਵੀ ਆਪਾਂ ਸਫਾਰੀ ਦਾ ਬਣਾਵਾਂਗੇ ਅੱਜ ਤੁਹਾਨੂੰ ਦਿਖਾਲਦੇ ਹਾਂ ਆਪਣਾ ਟਰੈਕਟਰ ਅਤੇ ਦਿਖਾਲਦੇ ਹਾਂ ਕੀ ਮੋਡੀਫਿਕੇਸ਼ਨਸ ਹੋਈਆਂ ਉਹਦੇ ਵਿੱਚ ਕਿਹੜਾ ਸਿਸਟਮ ਲੱਗਾ ਆ ਪ੍ਰੈਸ਼ਰ ਹੋਰਨ ਵਗੈਰਾ ਕਿੱਦਾਂ ਲਗਾਏ ਆ ਟਾਇਰ ਕਿੱਦਾਂ ਪਾਏ ਸੀਗੇ ਅਤੇ ਨਾਲ ਬਣੇ ਰਹੋ ਵਲੌਗ ਨੇ ਇੰਜੋਏ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਮਿਲਦੇ ਹਾਂ ਨੈਕਸਟ ਲੋਕੇਸ਼ਨ 'ਤੇ ਜਾ ਕੇ ਹਾਂਜੀ ਮਿੱਤਰੋ ਆਇਆ ਸਾਡਾ ਟਰੈਕਟਰ ਅਤੇ ਇਹਦੀ ਮੋਡੀਫਿਕੇਸ਼ਨ ਅਸੀਂ ਕਾਫੀ ਕਰਾਈਆਂ ਸੀਗੀਆਂ ਪਹਿਲਾਂ ਤਾਂ ਹੋਲੈਂਡ ਵਾਲਾ ਸਲਾਂਸਰ ਲੱਗਾ ਆ ਜਿਹੜਾ ਬੰਪਰ ਆ 27 ਇੰਚ ਦਾ ਸ਼ਾਇਦ ਇਹ ਬੰਪਰ ਆ ਅਤੇ ਐਚ ਡੀ ਲਾਈਟਾਂ ਲਾਈਆਂ ਸੀ ਇਹਦੇ ਵਿੱਚ ਵੀ ਬਲਾਸਟਰ ਮੈਂ ਚੇਂਜ ਕੀਤੇ ਆਪਣੇ ਵਾਲੇ ਬਲਾਸਟਰ ਪਾਏ ਆ ਬਲੈਕ ਵਾਲੇ 55 ਵਾਟ ਅਤੇ ਟਾਇਰ ਪਵਾਏ ਸੀਗੇ ਟਾਇਰ ਬਿਲਕੁਲ ਬ੍ਰੈਂਡ ਨਿਊ ਸੀਗੇ ਆਪਣੇ ਸੁੱਖੇ ਭਾਈ ਨੇ ਦਿੱਤੇ ਸੀਗੇ ਇਹ ਟਾਇਰ ਉਹਨੇ ਵੀ 2-4 ਦਿਨ ਪਾਏ ਸੀ ਮੁੜ ਕੇ ਉਤਾਰ 'ਤੇ ਸਪੇਸਰ ਪਾਏ ਸੀਗੇ ਆਪਾਂ ਸਪੇਸਰ ਦੇਖ ਲਓ ਕੋਈ ਮਤਲਬ ਕਿ ਗਲਤ ਕੰਮ ਨਹੀਂ ਕੀਤਾ ਆ ਬਿਲਕੁਲ 0-0 ਫਿਟਿੰਗ ਆ ਸਪੇਸਰ ਦੀ ਚੈੱਕ ਕਰਿਓ ਤੁਸੀਂ ਨਟ ਸਾਰੇ ਲੱਗੇ ਆ ਐਂ ਨਹੀਂ ਵੀ ਨਟ ਨਹੀਂ ਲੱਗਾ ਹੋਇਆ ਨਟ ਸਾਰੇ ਲੱਗੇ ਹੋਏ ਆ ਅਤੇ ਪ੍ਰੈਸ਼ਰ ਟੈਂਕੀ ਲੱਗੀ ਆ ਉਹ ਪਿੱਛੇ ਤੱਕ ਟੈਂਕੀ ਲੱਗੀ ਆ ਪਿੱਛੋਂ ਜਾਂਦੀ ਆ ਹਵਾ ਹੋਰਨਾਂ ਨੂੰ ਆਹ ਸੇਫਟੀ ਵਾਲ ਲੱਗਾ ਆ ਛਿੱਕ ਕਹਿ ਦਿੰਦੇ ਜਿਹਨੂੰ ਇੱਕ ਵਾਲਵ ਥੱਲੇ ਵੀ ਲੱਗਾ ਹੋਇਆ ਆ ਆਹ ਵਾਲਾ ਪਰ ਇਹ ਇੰਨਾ ਕਾਮਯਾਬ ਨਹੀਂ ਗਾ ਇਹ 'ਤੇ ਅਸੀਂ ਇੰਨਾ ਟਰੱਸਟ ਨਹੀਂ ਕਰ ਸਕਦੇ ਅਤੇ ਇਹਨੂੰ ਫੁੱਲੀ ਟਰੱਸਟ ਕਰ ਸਕਦੇ ਹਾਂ ਇਹ ਥੱਲਿਓਂ ਹਵਾ ਕੱਢ ਕੱਢ ਮਾਰਦਾ ਜਦੋਂ ਹਵਾ ਪੂਰੀ ਟੈਂਕੀ ਦੇ ਵਿੱਚ ਫੁੱਲ ਹੋ ਜਾਂਦੀ ਆ ਅਤੇ ਇਹ ਛਿੱਕ ਮਾਰਦਾ ਫਿਰ ਟੈਂਕੀ ਦੇਖੋ ਕਿੱਡੀ ਲੰਬੀ ਆ ਬਹੁਤ ਲੰਬੀ ਟੈਂਕੀ ਆ ਅਤੇ ਜਿਹੜਾ ਸੇਫਟੀ ਵਾਲ ਦੇ ਨਾਲ ਪਾਈਪ ਆਉਂਦੀ ਆ ਇਹ ਮੈਂ ਆਪ ਪੰਚ ਕਰਾਈ ਸੀਗੀ ਇੱਥੋਂ ਆਪ ਪੰਚ ਕਰਾ ਕੇ ਆਹ ਮੁਰੇ ਇਹਦੇ ਨਾਲੇ ਲੱਗਾ ਆਉਂਦਾ ਆਹ ਵਾਲਾ ਮੈਂ ਲਿਆ ਸੀਗਾ ਵਿਚਲਾ ਇਹ ਕੁਛ ਮਹਿੰਗਾ ਨਹੀਂ ਗਾ ਆਹ ਪਾਈਪ ਬਣੀ ਸੀ 200 ਰੁਪਏ ਦੀ 100 ਰੁਪਏ ਦੀ ਆਹ ਸੀਗੀ 100 ਦੀ ਆਹ ਸੀ 100 ਦੀ ਹੋਈ ਆਹ ਸੀਗੀ ਜਿਹੜੀ ਵਿੱਚ ਵਾਸ਼ਰ ਜਿਹੜੀ ਨਟ ਪੈਂਦਾ ਆ ਪੂਲਕ ਕਹਿ ਦਿਓ ਜਿਹਨੂੰ ਅਤੇ ਇੱਕ ਆਹ ਇਹਦੇ ਵਿੱਚ ਐਕਸਟਰਾ ਫੀਚਰ ਇਹ ਆਉਂਦਾ ਆ ਇੱਥੋਂ ਅਸੀਂ ਕੋਈ ਵੀ ਚੀਜ਼ ਲਗਾ ਸਕਦੇ ਨੋਜ਼ਲ ਵਗੈਰਾ ਇੱਥੇ ਚੜ੍ਹ ਜਾਂਦੀ ਆ ਅਤੇ ਇੱਥੇ ਆਪਾਂ ਗੰਨ ਵਗੈਰਾ ਕੋਈ ਵੀ ਲਗਾ ਸਕਦੇ ਹਾਂ ਕੁਛ ਵੀ ਕੋਈ ਕੰਮ ਵੀ ਕਰ ਸਕਦੇ ਹਾਂ ਆਪਾਂ ਇਹਦੇ ਨਾਲ ਇੱਥੋਂ ਪਾਈਪ ਹੁੰਦੀ ਹੁੰਦੀ ਅੱਗੇ ਜਾਂਦੀ ਆ ਕੰਪ੍ਰੈਸ਼ਰ ਹੋਰਨ ਥੱਲੇ ਲੱਗੇ ਆ 6 ਵਾਜੇ ਲੱਗੇ ਹੋਏ ਆ ਬੋਸਕੋ ਦੇ ਅਤੇ ਕੰਪ੍ਰੈਸਰ ਆਹ ਲੱਗਾ ਆ ਪੂਰੀ ਪਾਈਪ ਦੇਖ ਲਓ ਕੋਈ ਗੰਦ ਨਹੀਂ ਪਾਇਆ ਹੋਇਆ ਬਿਲਕੁਲ 0-0 ਫਿਟਿੰਗ ਕੀਤੀ ਆ ਆਹ ਪਾਈਪ ਪੂਰੀ ਇੱਥੇ ਆ ਕੇ ਲੱਗਦੀ ਆ ਇੱਥੋਂ ਹਵਾ ਟਰੈਕਟਰ ਅੰਦਰ ਖਿੱਚਦਾ ਇਹਦੇ ਉੱਤੇ ਵੀ ਕਵਰ ਲਾਇਆ ਅਸੀਂ ਅਲਟੀਨੇਟਰ ਦੇ ਥੱਲੇ ਇੱਕ ਆਹ ਪੱਤੀ ਬਣਾਈ ਆ ਨਾਲ ਆਹ ਬਣੀ ਬਣਾਈ ਆਉਂਦੀ ਆ ਐਡਜਸਟਮੈਂਟ ਲਈ ਮੋਹਰੇ ਆਹ ਵੈਲਡ ਕੀਤੀ ਹੋਈ ਆ ਬੈਲਟਾਂ 2 ਚੜਾਉਣ ਲਈ ਇਹਦੇ ਆਹ ਚੇਂਜ ਕੀਤੇ ਹੋਏ ਆ ਜਿਹੜੀ ਅਲਟੀਨੇਟਰ ਦੀ ਬੈਲਟ ਦੀ ਪੁਲੀ ਆ ਇਹ ਮੈਂ ਚੇਂਜ ਕੀਤੀ ਹੋਈ ਆ ਇਹ 2 ਵਾਲੀ ਪਾਈ ਆ ਪਹਿਲਾਂ ਸਿੰਗਲ ਵਾਲੀ ਹੁੰਦੀ ਆ ਇਹ 2 ਵਾਲੀ ਪਾ ਕੇ ਅਤੇ ਇੱਕ ਬੈਲਟ ਕੰਪ੍ਰੈਸਰ ਦੀ ਚਲਾਈ ਹੋਈ ਆ ਆਹ ਕਲੱਚ ਇਹਦੇ ਨਾਲ ਹੀ ਵਰਕ ਕਰਦਾ ਆ ਅਤੇ ਇਹਨੂੰ ਸਵਿੱਚ ਵੀ ਲੱਗਾ ਹੋਇਆ ਕਲੱਚ ਨੂੰ ਮੈਂ ਆਪ ਆਪਣੇ ਕੋਲ ਸਵਿੱਚ ਲਾਇਆ ਆ ਜਦੋਂ ਮਰਜ਼ੀ ਮੈਂ ਇਹਨੂੰ ਔਨ ਕਰ ਸਕਦਾ ਜਦੋਂ ਮਰਜ਼ੀ ਬੰਦ ਕਰ ਸਕਦਾ ਅਤੇ ਇਹ ਆਟੋ ਕੱਟ ਵੀ ਹੈਗਾ ਆ ਆਟੋ ਕੱਟ ਇੱਦਾਂ ਆ ਜਦੋਂ ਛਿੱਕ ਪ੍ਰੈਸ਼ਰ ਬਾਹਰ ਕੱਢ ਦਿੰਦੀ ਆ ਉਸ ਵੇਲੇ ਆਟੋ ਕੱਟ ਹੁੰਦਾ ਆ ਪਹਿਲਾਂ ਸਵਿੱਚ ਤਾਂ ਮੈਂ ਆਹ ਲਾਇਆ ਆ ਕਲੱਚ ਦਾ ਮੈਂ ਤੁਹਾਨੂੰ ਆਵਾਜ਼ ਦਿਖਾਲ ਦਿੰਦਾ ਟੱਕ ਟੱਕ ਦੀ ਆਵਾਜ਼ ਕਰੂਗਾ ਆਹ ਦੇਖਿਓ ਦੇਖਿਓ ਤੁਹਾਨੂੰ ਇੱਧਰੋਂ ਚੈੱਕ ਕਰਾ ਦਿੰਦਾ ਇੱਕ ਵਾਰੀ ਜਦੋਂ ਆਪਾਂ ਸਵਿੱਚ ਦੱਬਦੇ ਇਹ ਅੰਦਰ ਨੂੰ ਚੱਲ ਜਾਂਦਾ ਅਤੇ ਘੁੰਮਣ ਲੱਗ ਜਾਂਦਾ ਨਾਲ ਮੈਂ ਤੁਹਾਨੂੰ ਚਲਾ ਕੇ ਦਿਖਾਲਦਾ ਇਹ
खड़ा होया हजे घूमदा नहीं पिया। कंप्रेसर चल पिया आ, ये नाल घूम लग पिया। जदों ये नाल घूम लग जाए तो यह मतलब समझ लो कि हवा भर होने लग गई है। सिस्टम ये उत्ते आपां इदां लाया 4-channel amp आ, ते दो रॉकफोर्ड दे स्पीकर आ ओवल, एक पाइनियर दा 12-11 D4, एक ए लगा होया आ, इंटरफायर दा इहनूं मोनो एम्प लगा आ, एक आपां सीडी लाई आ नॉर्मल जी लाई सीगी, इंटरफायर दा इहनूं मोनो एम्प लगा आ। वो मैं पिछे लगा, वो मैं तुहानूं दिखा दूंगा। तो हाँ जी मित्रों, चैक करो व्यू किवें दा लगदा ट्रैक्टर। मैं ये टायर पहला ना 2 फुटे पाने से, पर फिर मैं क्या भी पिछले भी बाहर क्ढने पौगे, हूँ तो चल थोड़े जे अंदर आ, पिछले तो हूँ भी बाहर क्ढने पैने, पर जदों 2 फुटे पै जाते तो बहुत ज़्यादा बाहर क्ढने पैंदे आ। हाँ देखो मित्रों, छिक मारी हुई टैंकी फुल हो गई होनी है, तो आ तेल नाल जरूर क्ढ के मारदा जे कोई साडा वीर भरा लवा रहा, तो आ देख के डर ना डरे हो भी तेल मारदा, इन्हें थोड़ा बहुता तेल मारना ही मारना आ कढ़ के, क्योंकि कंप्रैसर एसी ते नहीं चलता, कंप्रैसर हवा ले चलन दिया आ, ते इन्हें तेल थोड़ा बहुत इस मारना ही आ। तो कुछ टाइम मतलब कि 2-3 हफ्तों बाद तेल जरूर पा लिया करो कंप्रैसर, कंप्रैसर बढ़ ना हो जाए, वो पिस्टन ना बढ़ हो जाए। तो आ अपना पहला इतने लगा सगा उपर, तो इनू थले किया ये करके, नहीं तो यह खुलता नहीं सगा। हूँ यह पूरा वर्किंग आ, हूँ पूरा खुलता है, तुहानूं पूरा रिव्यू करा दिना ट्रैक्टर का। तो आ मैं प्लेटफॉर्म लवाया सगा मालपुर तो माणी होना दो, चैक करो बिल्कुल बराबर आ, तो पिछे तो प्लेटा लगे हुई। आ मैं बदमा लवाया सगा अगे नूं साइड तो, एक करी प्रोफाइल चैक कर लो भी, ये मैं बदमा लवाया सगा। हाँ मैं नंबर प्लेटा वाले तो कट के लवाई सी, गंदा आया ट्रैक्टर माइंड ना करे। हुड मैं लवाई सी 12,000 की, ये बिच यू आया सगा, बिच छतरी वगैरह तो पखा अलग सगा, 1,000 रुपए का 800 रुपए का पखा होगा। तो सिस्टम की पेटी मैं बनवा ली सी, सिस्टम सारा मैं आप लाया आ, जड़े ये स्पीकर आ रॉकफोर्ड लगे आ, 4-channel SNB का एम्पलीफायर आ, 12-11 D4 बूफर लगा आ, एक तो इंटरफायर का एम्प आ, छतरी भी टुट चुकी आ क्योंकि अं लक्कड़ का काम करते हैं, तो जो चक हों ट्रैक्टर जाके लक्कड़ा च बजता। तो एक मैं बेट लवाए थे, तो बैटरी ढक्कन भी खोलता ये नाल, आ भी खोलता, कई ने थले किराए हुए बाहर न क्ढो फिर अंदर न करो, मैं उस चक्कर पैना नहीं सारे की आपो अपनी लाइकिंग आ, ये खुल जाता आराम के नाल खुल जाता आ। तो सलंसर मैं हुशियारपुर कुवाड़ियाँ का बहुत व्डा उत्थे गराज आ जिथे सोनालिका का डंप मिलता, मतलब कि जिथे सोनालिका पास नहीं होंगे जोड़े पार्ट उत्थे बेच दिता, कुवाड़ नवे पार्ट होंगे। मैं सलंसर सैकेंड हैंड लिया एक, तो वो कट ली इन्नी आ प्लेट कट ली सी, तो इतने सलंसर वैल्ड कर दिता ही नाल, इधर भी पत्ती है इधर भी आ, थोड़ी जी इतों वैल्डिंग हो ही पक्की आ, पर देखने दे थोड़ी जी इदे लगती आ, नटा तो जो मर्जी खोल लो जो मर्जी ओरिजिनल ला लो। ट्रैक्टर दियाँ पन्निया पुनिया भी नहीं उतरिया हजे, आ देख लो इदे लगिया आ सारिया इदे लगिया, ट्रैक्टर कुछ खास चलिया भी नहीं, 300 घंटे चलिया हो। एक मैं चेंज कराया सगा एयर फिल्टर जोड़ा उपर लगता साफ करने वाला, आ मिली सगिया मैनू 2600 रुपए दियाँ,
ਤੇ ਵਿਚਲੇ ਬਲਾਸਟਰ ਮੈਂ ਚੇਂਜ ਕੀਤੇ ਕਿਉਂਕਿ ਇਹਨਾਂ ਦੀ ਲਾਈਟ ਹੈ ਨਹੀਂ ਸੀਗੀ ਵਾਧੂ, ਕਿਉਂਕਿ ਅਸੀਂ ਗੱਡੀਆਂ ਨੂੰ ਅਸੀਂ 55 ਵਾਟ ਪਾਏ ਆ, ਸਾਨੂੰ ਲਾਈਟ ਘੱਟ ਹੀ ਲੱਗਣੀ ਆ। ਨੋਰਮਲੀ ਇਹਨਾਂ ਦੀ ਲਾਈਟ ਉੱਦਾਂ ਕਾਫੀ ਹੁੰਦੀ ਆ ਪਰ ਸਾਨੂੰ ਘੱਟ ਲੱਗਦੀ ਸੀ, ਤਾਂ ਮੇਰੇ ਬਲਾਸਟਰ ਵੀ ਚੇਂਜ ਕਰ ਦਿੱਤੇ ਸੀ। ਇਹ 'ਚ ਰੈੱਡ ਜੇ 35 ਵਾਟ ਦੇ ਬਲਾਸਟਰ ਸੀਗੇ ਅਤੇ ਮੈਂ ਇਹਦੇ ਕਾਲੇ ਬਲਾਸਟਰ ਪਾ ਦਿੱਤੇ ਸੀਗੇ। ਇਹਦੇ ਵਿੱਚ ਇਹਨੂੰ ਖੋਲ੍ਹ ਵੀ ਸਕਦੇ ਆਪਾਂ ਜਦੋਂ ਮਰਜ਼ੀ ਚਿੱਟੀਆਂ ਕਰ ਲਈਏ, ਪਰ ਔਰੇਂਜ ਵਿੱਚ ਵੀ ਲਾਈਟ ਬਹੁਤ ਜ਼ਿਆਦਾ ਆ। ਇਹ 'ਚ ਮੋਇਸਚਰ ਆ ਜਾਂਦਾ, ਕੁਛ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀਆਂ ਨਹੀਂ ਹੁੰਦੀਆਂ, ਜਿਹੜੀਆਂ ਫੋਰਸ ਵਗੈਰਾ ਦੀਆਂ ਆਉਂਦੀਆਂ ਲਾਈਟ ਫੋਰਸ ਦੀਆਂ ਉਹ ਜ਼ਿਆਦਾ ਵਧੀਆ ਹੁੰਦੀਆਂ। ਫਿਰ ਆ ਬਾਜੇ ਲੱਗੇ ਸੀਗੇ, ਇਹ 3300 ਰੁਪਏ ਦੇ ਬਾਜੇ ਆਏ ਸੀਗੇ, ਨਾਲ ਇਹਦੇ ਟਿਊਨਰ ਆਇਆ ਸੀ ਪਾਈ ਸੀਗੀ। ਬੰਪਰ ਮੇਰਾ ਬਣਿਆ ਸੀਗਾ ਕੁਛ 15,000 ਦਾ ਅਤੇ ਟਾਇਰ ਸੀਗੇ 24,000 ਦੇ ਸਣੇ ਰਿਮ, ਅਤੇ ਸਪੇਸਰ ਇਹਦੇ ਬਣੇ ਸੀਗੇ ਕੁਛ 2,000 ਰੁਪਈਆਂ ਦੇ। ਸਪੇਸਰ ਇਹਦੇ 2,000 ਦੇ ਤਾਂ ਕਰਕੇ ਬਣੇ ਸੀਗੇ, ਮੈਂ ਨੋਰਮਲ ਦੂਸਰੇ ਸਪੇਸਰ ਨਹੀਂ ਬਣਵਾਏ ਜਿਹੜੇ ਨੋਰਮਲ ਲੋਕ ਪਾਉਂਦੇ ਹੀ ਆ, ਮੈਂ ਇੱਥੋਂ ਮਾਣੀ ਹੋਣਾ ਤੋਂ ਹੀ ਬਣਵਾਏ ਸੀਗੇ। ਉਹਨਾਂ ਨੇ ਲੇਜ਼ਰ ਕਟਿੰਗ ਦੇ ਨਾਲ ਕੱਟ ਕੇ ਅਤੇ ਵਿੱਚ ਨਟ ਕੱਸੇ ਹੋਏ ਆ ਹੱਬ ਦੇ ਵਿੱਚ, ਅਤੇ ਨਾਲ ਇਹਦੇ ਟਾਇਰਾਂ ਦੇ ਆਰ ਪਾਰ ਵੀ ਨਟ ਕੀਤੇ ਹੋਏ ਆ। ਆ ਟਾਇਰ ਦਾ ਜਿਹੜਾ ਨਟ ਜਾਂਦਾ ਇਹ ਪਰੇ ਆਰ ਪਾਰ ਜਾਂਦਾ। ਕੰਪਰੈਸਰ ਜਿੱਦਾਂ ਜਿੱਦਾਂ ਚੱਲਦਾ ਰਹਿੰਦਾ ਹਵਾ ਭਰਦੀ ਰਹਿੰਦੀ ਇਹਦੇ ਵਿੱਚ। ਹੁਣ ਮੈਂ ਔਨ ਕੀਤਾ ਹੋਇਆ ਆ, ਟੈਂਕੀ 'ਚ ਹਵਾ ਪਤਾ ਨਹੀਂ ਕਿੰਨੀ ਕੁ ਹੋਊਗੀ। ਹੁਣ ਮੈਂ ਕੰਪਰੈਸਰ ਬੰਦ ਕਰ ਦਿੱਤਾ ਅਤੇ ਟਰੈਕਟਰ ਵੀ ਬੰਦ ਕਰ ਦਿੰਦੇ ਹਾਂ। ਜਦੋਂ ਸਵਿੱਚ ਕੱਟ ਹੋ ਗਿਆ ਫਿਰ ਇਹਨੇ ਵਰਕ ਨਹੀਂ ਕਰਨਾ, ਇਹ ਸਵਿੱਚ 'ਤੇ ਕੀਤਾ ਆ, ਇਹਨੂੰ ਇੱਦਾਂ ਜਿੱਦਾਂ ਮਰਜ਼ੀ ਕਰੀਓ ਹੁਣ ਨਹੀਂ ਚੱਲਣਾ, ਨਾ ਹੀ ਹੋਰਨ ਚੱਲਣੇ ਆ ਜਦ ਤੱਕ ਸਵਿੱਚ ਕੱਟਿਆ ਹੋਇਆ ਆ। ਆਹ ਸੇਫਟੀ ਵਾਲ ਵੀ ਕੰਮ ਕਰਦਾ, ਇਹਨੂੰ ਮਰਜ਼ ਦੱਬ ਕੇ ਦੇਖ ਲਿਓ, ਹਵਾ ਦਾ ਪ੍ਰੈਸ਼ਰ ਬਹੁਤ ਆ ਇਹਦੇ ਵਿੱਚ। ਕੰਮ ਉਸਦਾ ਵੀ ਇਹ ਪੂਰਾ ਹੀ ਕਰਦਾ, ਪਰ ਇਹਦੇ ਸਿਰ 'ਤੇ ਆਪਾਂ ਐਡੀ ਵੱਡੀ ਟੈਂਕੀ ਛੱਡ ਨਹੀਂ ਸਕਦੇ, ਸਾਰਾ ਹਿੱਸਾ ਹੀ ਉੱਡ ਜਾਣਾ ਜੇ ਆਪਣਾ ਟੈਂਕੀ ਫਟਦੀ ਆ ਤਾਂ। ਹੁਣ ਇਹਨੂੰ ਸਾਰੇ ਨੂੰ ਆਪਾਂ ਪੇਂਟ ਕਰਵਾਉਣਾ ਹੈ ਇੱਕ ਵਾਰੀ, ਉਦੋਂ ਨੋਰਮਲੀ ਮੇਲੇ 'ਤੇ ਲੈ ਕੇ ਜਾਣਾ ਸੀਗਾ ਤਾਂ ਕਰਕੇ ਅਸੀਂ ਨੋਰਮਲੀ ਪੇਂਟ ਕਰਵਾ ਲਿਆ ਸੀਗਾ। ਇਹਦੇ ਨਾਲ ਆਪਾਂ ਪਾਈਪ ਵੀ ਲਾਵਾਂਗੇ ਜਿਹਨਾਂ ਹਵਾ ਮਾਰ ਕੇ ਆਪਾਂ ਝਾੜ ਝੂੜ ਸਕਦੇ ਹਾਂ ਅਤੇ ਟਾਇਰਾਂ 'ਚ ਹਵਾ ਵੀ ਭਰ ਸਕਦੇ ਹਾਂ। ਅਤੇ ਹੁਣ ਚੱਲਦੇ ਹਾਂ, ਅਤੇ ਹਾਂਜੀ ਮਿੱਤਰੋ ਆ ਗਏ ਘਰ ਅਸੀਂ। ਹੋਪ ਕਿ ਤੁਸੀਂ ਵਲੋਗ ਇੰਜੋਏ ਕੀਤਾ ਹੋਊਗਾ। ਅਤੇ ਇੱਕ ਚੀਜ਼ ਹੋਰ ਭੁੱਲ ਗਿਆ ਮੈਂ ਵਿੱਚ, ਇਹਦੇ ਵਿੱਚ ਚਾਰਜਰ ਵੀ ਇਨਬਿਲਟ ਦਿੱਤਾ ਹੋਇਆ ਆ, ਨਾਲ ਚਾਰਜਿੰਗ ਵੀ ਲਾ ਸਕਦੇ ਆਪਾਂ ਜਿੱਦਾਂ ਮਰਜ਼ੀ। ਅਤੇ ਹਾਈਲੋ ਵਾਲਾ ਟਰੈਕਟਰ ਇਹ, ਹਾਈਲੋ ਮੀਡੀਅਮ ਨਹੀਂ ਹੈਗਾ। ਹੋਪ ਕਿ ਤੁਸੀਂ ਵਲੋਗ ਇੰਜੋਏ ਕੀਤਾ ਹੋਊਗਾ, ਟਰੈਕਟਰ ਸਾਡੇ ਨੂੰ ਪਸੰਦ ਕੀਤਾ ਹੋਊਗਾ। ਅਤੇ ਮਿਲਦੇ ਹਾਂ ਇੱਦਾਂ ਕਿਸੇ ਨਵੀਂ ਵੀਡੀਓ ਦੇ ਨਾਲ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕਨ ਨੂੰ।